ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੰਬਈ ਚ ਗਲੋਬਲ ਫਿਨਟੈਕ ਫੈਸਟ GFF 2024 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਫਿਨਟੈਕ ਵਿਸ਼ਵ ਪੱਧਰ ਤੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਜਾ ਰਹੀ ਹੈ। ਭਾਰਤ ਅਤੇ ਚੀਨ ਨੇ ਸਰਹੱਦੀ ਇਲਾਕਿਆਂ ਚ ਜ਼ਮੀਨ ਤੇ ਅਮਨ ਸ਼ਾਂਤੀ ਬਰਕਰਾਰ ਰੱਖਣ ਦਾ ਫੈਸਲਾ ਕੀਤੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਨਾਲ ਨਿਰਵਿਘਨ ਗੱਲਬਾਤ ਦਾ ਦੌਰ ਖਤਮ ਹੋ ਗਿਐ ਤੇ ਵਕਫ ਸੋਧ ਬਿੱਲ 2024 ਬਾਰੇ ਸਾਂਝੀ ਪਾਰਲੀਮੈਂਟਰੀ ਕਮੇਟੀ ਅੱਜ ਨਵੀਂ ਦਿੱਲੀ ਵਿਚ ਵੱਖ ਵੱਖ ਹਿੱਸੇਦਾਰਾਂ ਤੋਂ ਵਿਚਾਰ ਅਤੇ ਸੁਝਾਅ ਲੈਣ ਲਈ ਮੀਟਿੰਗ ਕਰ ਰਹੀ ਐ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਦੀ ਫਿਨਟੈਕ ਵਿਸ਼ਵ ਪੱਧਰ ਤੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਜਾ ਰਹੀ ਹੈ। ਮੁੰਬਈ ਵਿਚ ਇਕ ਵਿਸ਼ੇਸ਼ ਗਲੋਬਲ ਫਿਨਟੈਕ ਫੈਸਟ 2024 ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿਚ ਫਿਨਟੈਕ ਅਪਣਾਉਣ ਦੀ ਗਤੀ ਤੇ ਪੱਧਰ ਬੇਮਿਸਾਲ ਹੈ ਅਤੇ ਦੁਨੀਆਂ ਦੇ ਅੱਧੇ ਡਿਜੀਟਲ ਲੈਣ ਦੇਣ ਭਾਰਤ ਵਿਚ ਹੁੰਦੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਫਿਨਟੈਕ ਨੇ ਵਿੱਤੀ ਸੇਵਾਵਾਂ ਦੇ ਲੋਕਤੰਤਰੀਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਨੂਾਂ ਅੱਗੇ ਕਿਹਾ ਕਿ ਡਿਜੀਟਲ ਲੈਣ ਦੇਣ ਨੇ ਸਮਾਂਤਰ ਅਰਥ ਵਿਵਸਥਾ ਦੇ ਖਤਰੇ ਨੂੰ ਘੱਟ ਕਰ ਦਿੱਤੈ ਤੇ ਬੈਂਕਿੰਗ ਪ੍ਰਣਾਲੀ ਵਿਚ ਪਾਰਦਰਸ਼ਤਾ ਲਿਆਂਦੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਵਿਚ ਫਿਨਟੈਕ ਦੁਆਰਾ ਲਿਆਂਦੀ ਗਈ ਤਬਦੀਲੀ ਸਿਰਫ ਤਕਨਾਲੋਜੀ ਤੱਕ ਸੀਮਿਤ ਨਹੀਂ ਹੈ। ਉਨੂਾਂ ਕਿਹਾ ਕਿ ਇਨੂਾਂ ਉਪਰਾਲਿਆਂ ਦਾ ਦੂਰਗਾਮੀ ਸਮਾਜਿਕ ਪ੍ਰਭਾਵ ਵੀ ਪਿਆ ਹੈ। ਸ੍ਰੀ ਮੋਦੀ ਨੇ ਫਿਨਟੈਕ ਖੇਤਰ ਦੀਆਂ ਨਵੀਨਤਮ ਖੋਜਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ GFF ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ। ਇਸ ਮੌਕੇ ਤੇ ਬੋਲਦਿਆਂ RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤ ਹੁਣ ਇਕ ਤਬਦੀਲੀ ਦੇ ਸਿਖਰ ਤੇ ਖੜਾ ਜਿੱਥੇ ਤਕਨਾਲੋਜੀ ਹਰ ਨਾਗਰਿਕ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਇੰਜਣ ਵਜੋਂ ਹੋਏਗੀ। ਗਲੋਬਲ ਫਿਨਟੈਕ ਫੈਸਟ 2024 ਦਾ ਆਯੋਜਨ ਪੇਮੈਂਟ ਕੌਂਸਲ ਆਫ ਇੰਡੀਆ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਤੇ ਫਿਨਟੈਕ ਕਨਵਰਜੈਂਸ ਕੌਂਸਲ ਦੁਆਰਾ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਹੈ। ਭਾਰਤ ਅਤੇ ਹੋਰ ਦੇਸ਼ਾਂ ਤੋਂ ਨੀਤੀ ਨਿਰਮਾਤਾ, ਰੈਗੂਲੇਟਰ, ਸੀਨੀਅਰ ਬੈਂਕਰ, ਸਨਅਤੀ ਆਗੂ ਅਤੇ ਸਿੱਖਿਆ ਸ਼ਾਸਤਰੀਆਂ ਸਮੇਤ ਲਗਭਗ 800 ਬੁਲਾਰੇ ਕਾਨਫਰੰਸ ਵਿਚ 350 ਤੋਂ ਵੱਧ ਸੈਸ਼ਨਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਦੇ ਪਾਲਗਰ ਵਿਚ ਵਾਟਫਨ ਬੰਦਰਗਾਹ ਇਕ ਬਹੁਤ ਹੀ ਖਾਸ ਪ੍ਰੋਜੈਕਟ ਹੈ ਜੋ ਭਾਰਤ ਦੇ ਵਿਕਾਸ ਵਿਚ ਯੋਗਦਾਨ ਪਾਏਗਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਬੰਦਰਗਾਹ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਸ੍ਰੀ ਮੋਦੀ ਨੇ ਅੱਗੇ ਕਿਹਾ ਕਿ ਅੱਜ ਭਾਰਤ ਦੀ ਸਭ ਤੋਂ ਵੱਡੀ ਡੂੰਘੇ ਪਾਣੀ ਦੀ ਬੰਦਰਗਾਹ ਦੀ ਸ਼ੁਰੂਆਤ ਮਹਾਰਾਸ਼ਟਰ ਦੀ ਤਰੱਕੀ ਦੇ ਇਕ ਕੇਂਦਰ ਦੇ ਰੂਪ ਵਿਚ ਮਹੱਤਵਪੂਰਨ ਭੂਮਿਕਾ ਦੀ ਵੀ ਪੁਸ਼ਟੀ ਕਰੇਗੀ। ਇਹ ਪ੍ਰੋਜੈਕਟ ਭਾਰਤ ਦੀ ਸਮੁੰਦਰੀ ਸਮਰੱਥਾ ਅਤੇ ਵਿਸ਼ਵ ਵਪਾਰ ਵਿਚ ਮਹੱਤਵਪੂਰਨ ਵਾਧਾ ਕਰੇਗਾ। ਸ੍ਰੀ ਮੋਦੀ ਵਾਟਫਨ ਬੰਦਰਗਾਹ ਦਾ ਨੀਂਹ ਪੱਥਰ ਰੱਖਣਗੇ, ਜਿਸ ਦੀ ਲਾਗਤ ਲਗਭਗ 76,000 ਕਰੋੜ ਰੁਪਏ ਹੈ। ਇਹ ਬੰਦਰਗਾਹ ਭਾਰਤ ਦੀ ਸਭ ਤੋਂ ਵੱਡੀ ਡੂੰਘੇ ਪਾਣੀਆਂ ਵਾਲੀ ਬੰਦਰਗਾਹ ਵਿਚੋਂ ਇਕ ਹੋਏਗੀ ਅਤੇ ਅੰਤਰਰਾਸ਼ਟਰੀ ਸ਼ਿਪਿੰਗ ਰੂਟਾਂ ਨੂੰ ਸਿੱਧਾ ਸੰਪਰਕ ਪ੍ਰਦਾਨ ਕਰੇਗੀ ਅਤੇ ਲਾਗਤ ਨੂੰ ਘਟਾਏਗੀ। ਭਾਰਤ ਅਤੇ ਚੀਨ ਨੇ ਸਰਹੱਦੀ ਇਲਾਕਿਆਂ ਚ ਜ਼ਮੀਨ ਤੇ ਅਮਨ ਸ਼ਾਂਤੀ ਬਰਕਰਾਰ ਰੱਖਣ ਦਾ ਫੈਸਲਾ ਕੀਤੈ। ਦੋਹਾਂ ਦੇਸ਼ਾਂ ਨੇ ਦੁਹਰਾਇਆ ਕਿ ਅਮਨ ਸ਼ਾਂਤੀ ਦੀ ਬਹਾਲੀ ਅਤੇ ਅਸਲ ਕੰਟਰੋਲ ਰੇਖਾ LSE ਦਾ ਸਨਮਾਨ ਦੁਵੱਲੇ ਸਬੰਧਾਂ ਨੂੰ ਆਮ ਵਾਂਗ ਬਣਾਉਣ ਲਈ ਜ਼ਰੂਰੀ ਆਧਾਰ ਨੇ। ਭਾਰਤ ਚੀਨ ਸਰਹੱਦੀ ਮਾਮਲਿਆਂ ਬਾਰੇ ਸਲਾਹ ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 31ਵੀਂ ਮੀਟਿੰਗ ਕੱਲ੍ਹ ਬੀਜਿੰਗ ਵਿਚ ਹੋਈ। ਵਿਦੇਸ਼ ਮੰਤਰਾਲੇ ਵਿਚ
ਪੂਰਬੀ ਏਸ਼ੀਆ ਬਾਰੇ ਜੁਆਇੰਟ ਸਕੱਤਰ ਗੌਰੰਗ ਲਾਲ ਦਾਸ ਨੇ ਭਾਰਤੀ ਵਫਦ ਦੀ ਅਗਵਾਈ ਕੀਤੀ। ਚੀਨੀ ਵਫਦ ਦੀ ਅਗਵਾਈ ਚੀਨੀ ਵਿਦੇਸ਼ ਮੰਤਰਾਲੇ ਚ ਸਰਹੱਦੀ ਅਤੇ ਸਮੁੰਦਰੀ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਜਨਰਲ ਹੋਂਗ ਲਿਆਂਗ ਨੇ ਕੀਤੀ। ਵਿਦੇਸ਼ ਮੰਤਰਾਲੇ ਅਨੁਸਾਰ ਮਤਭੇਦਾਂ ਨੂੰ ਘੱਟ ਕਰਨ ਅਤੇ ਬਕਾਇਆ ਮੁੱਦਿਆਂ ਦਾ ਛੇਤੀ ਹੱਲ ਲੱਭਣ ਲਈ ਅਸਲ ਕੰਟਰੋਲ ਰੇਖਾ ਦੇ ਨਾਲ ਹਾਲਤ ਤੇ ਦੋਵਾਂ ਧਿਰਾਂ ਨੇ ਖੁੱਲ੍ਹੇ ਰਚਨਾਤਮਕ ਅਤੇ ਅਗਾਂਹ ਵਧੂ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਦੋਵੇਂ ਧਿਰਾਂ ਸਫਾਰਤੀ ਅਤੇ ਫੌਜੀ ਚੈਨਲਾਂ ਰਾਹੀਂ ਸੰਪਰਕ ਵਧਾਉਣ ਲਈ ਸਹਿਮਤ ਹੋਈਆਂ। ਭਾਰਤੀ ਵਫਦ ਨੇ ਚੀਨ ਦੇ ਵਿਦੇਸ਼ ਮੰਤਰਾਲੇ ਚ ਉਪ ਮੰਤਰੀ ਨਾਲ ਵੀ ਮੁਲਾਕਾਤ ਕੀਤੀ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਅੱਜ ਕਿਹਾ ਕਿ ਪਾਕਿਸਤਾਨ ਨਾਲ ਨਿਰਵਿਘਨ ਗੱਲਬਾਤ ਦਾ ਦੌਰ ਖਤਮ ਹੋ ਗਿਐ। ਡਾ ਜੈਸ਼ੰਕਰ ਨੇ ਇਹ ਗੱਲ ਨਵੀਂ ਦਿੱਲੀ ਵਿਚ ਇਕ ਕਿਤਾਬ ਰਿਲੀਜ਼ ਦੌਰਾਨ ਕਹੀ। ਉਨੂਾ ਕਿਹਾ ਕਿ ਪਾਕਿਸਤਾਨ ਨਾਲ ਨਿਪਟਣ ਨੂੰ ਲੈ ਕੇ ਭਾਰਤ ਸੁਸਤ ਨਹੀਂ ਐ ਅਤੇ ਭਾਰਤ ਪ੍ਰਤੀਕਰਮ ਕਰੇਗਾ ਭਾਵੇਂ ਘਟਨਾਵਾਂ ਸਕਾਰਾਤਮਕ ਜਾਂ ਨਕਾਰਾਤਮਕ ਦਿਸ਼ਾ ਵੱਲ ਲੈ ਜਾਣ। ਉਨੂਾ ਕਿਹਾ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਹੁਣ ਖਤਮ ਹੋ ਗਈ ਐ। ਬੰਗਲਾਦੇਸ਼ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਭਾਰਤ ਗੁਆਂਢੀ ਦੇਸ਼ ਵਿਚ ਸਮੇਂ ਦੀ ਸਰਕਾਰ ਨਾਲ ਨਜਿੱਠੇਗਾ ਅਤੇ ਇਸ ਨੂੰ ਉਥੋਂ ਦੇ ਰਾਜਨੀਤਿਕ ਬਦਲਾਅ ਦੌਰਾਨ ਆਪਸੀ ਹਿੱਤ ਨੂੰ ਦੇਖਣਾ ਹੋਵੇਗਾ। ਮਾਲਦੀਵ ਨਾਲ ਭਾਰਤ ਦੇ ਸਬੰਧਾਂ ਤੇ ਉਨੂਾ ਕਿਹਾ ਕਿ ਮਾਲਦੀਵ ਪ੍ਰਤੀ ਭਾਰਤ ਦੀ ਪਹੁੰਚ ਵਿਚ ਉਤਾਰ ਚੜਾਅ ਆਏ ਨੇ। ਅਫਗਾਨਿਸਤਾਨ ਨਾਲ ਭਾਰਤ ਦੇ ਸਬੰਧਾਂ ਦਾ ਜ਼ਿਕਰ ਕਰਦਿਆਂ ਡਾ ਜੈਸ਼ੰਕਰ ਨੇ ਕਿਹਾ ਕਿ ਸਮਾਜਿਕ ਪੱਧਰ ਤੇ ਲੋਕਾਂ ਤੋਂ ਲੋਕਾਂ ਦੇ ਸਬੰਧ ਮਜ਼ਬੂਤ ਨੇ ਅਤੇ ਭਾਰਤ ਦੀ ਅਫਗਾਨ ਨੀਤੀ ਦੀ ਸਮੀਖਿਆ ਕਰਨ ਤੋਂ ਬਾਅਦ ਨਵੀਂ ਦਿੱਲੀ ਆਪਣੇ ਹਿੱਤਾਂ ਬਾਰੇ ਸਪਸ਼ਟ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਵਕਫ ਸੋਧ ਬਿੱਲ 2024 ਬਾਰੇ ਸਾਂਝੀ ਪਾਰਟੀ ਮੀਟਿੰਗ ਕਮੇਟੀ ਅੱਜ ਨਵੀਂ ਦਿੱਲੀ ਵਿਚ ਵੱਖ ਵੱਖ ਹਿੱਸੇਦਾਰਾਂ ਤੋਂ ਵਿਚਾਰ ਤੇ ਸੁਝਾਅ ਲੈਣ ਲਈ ਮੀਟਿੰਗ ਕਰ ਰਹੀ ਹੈ। ਲੋਕ ਸਭਾ ਸਕੱਤਰੇਤ ਮੁਤਾਬਕ ਮੁੰਬਈ ਦੀ ਆਲ ਇੰਡੀਆ ਸੁੰਨੀ ਜਮੀਅਤੁਲ ਉਲਮਾ ਅਤੇ ਦਿੱਲੀ ਦੀ ਇੰਡੀਅਨ ਮੁਸਲਿਮ ਫਾਰ ਸਿਵਲ ਰਾਈਟਸ ਅੱਜ ਕਮੇਟੀ ਸਾਹਮਣੇ ਆਪਣੇ ਵਿਚਾਰ ਰੱਖਣਗੇ। ਲੋਕ ਸਭਾ ਮੈਂਬਰ ਜਗਦੰਬਿਕਾ ਪਾਲ ਦੀ ਪ੍ਰਧਾਨਗੀ ਹੇਠ ਗਠਿਤ ਵਕਫ ਸੋਧ ਬਿੱਲ 2024 ਬਾਰੇ ਸੰਸਦ ਦੀ ਸਾਂਝੀ ਕਮੇਟੀ ਨੇ ਲੋਕਾਂ, ਗੈਰ ਸਰਕਾਰੀ ਸੰਗਠਨਾਂ, ਮਾਹਰਾਂ ਤੇ ਸੰਸਥਾਵਾਂ ਸਮੇਤ ਹਿੱਸੇਦਾਰਾਂ ਤੋਂ ਵਿਚਾਰ ਅਤੇ ਸੁਝਾਅ ਮੰਗੇ ਨੇ। ਬਿੱਲ ਬਾਰੇ ਸਾਂਝੀ ਕਮੇਟੀ ਦੀ ਪਹਿਲੀ ਬੈਠਕ ਇਸ ਮਹੀਨੇ ਦੀ 22 ਤਰੀਕ ਨੂੰ ਹੋਈ ਸੀ। 31 ਮੈਂਬਰੀ ਕਮੇਟੀ ਵਿਚ 21 ਮੈਂਬਰ ਲੋਕ ਸਭਾ ਤੋਂ ਅਤੇ 10 ਰਾਜ ਸਭਾ ਤੋਂ ਨੇ। ਵਕਫ ਸੋਧ ਬਿੱਲ 2024 ਦਾ ਉਦੇਸ਼ ਕਮੀਆਂ ਨੂੰ ਦੂਰ ਕਰਨਾ ਅਤੇ ਵਕਫ ਸੰਪਤੀਆਂ ਦੇ ਪ੍ਰਬੰਧਨ ਦੀ ਕੁਸ਼ਲਤਾ ਨੂੰ ਵਧਾਉਣਾ ਹੈ। ਬਿੱਲ ਵਿਚ ਵਕਫ ਐਕਟ 1995 ਦਾ ਨਾਮ ਬਦਲ ਕੇ ਯੁਨੀਫਾਈਡ ਵਕਫ ਮੈਨੇਜਮੈਂਟ ਇੰਪਾਵਰਮੈਂਟ ਐਫੀਸ਼ੀਐਂਸੀ ਐਂਡ ਡਿਵੈਲਪਮੈਂਟ ਐਕਟ 1995 ਰੱਖਣ ਦੀ ਵੀ ਤਜਵੀਜ਼ ਹੈ। ਵਕਫ ਸੋਧ ਬਿੱਲ 2024 ਦਾ ਮਜ਼ਮੂਨ ਲੋਕ ਸਭਾ ਦੀ ਵੈਬਸਾਈਟ ਤੇ ਹਿੰਦੀ ਅਤੇ ਅੰਗਰੇਜ਼ੀ ਵਿਚ ਉਪਲਬਧ ਹੈ। ਬਿੱਲ ਜੋ ਕਿ ਬਜਟ ਸਮਾਗਮ ਦੌਰਾਨ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਸੀ ਨੂੰ ਸਮਾਗਮ ਦੌਰਾਨ ਜਾਂਚ ਲਈ ਸੰਸਦ ਦੀ ਸਾਂਝੀ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ। ਸਮੇਂ ਦੇ ਨਾਲ ਸੰਚਾਰ ਸਾਧਨਾਂ ਵਿਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ ਨੇ। ਸਮਾਜ ਵਿਚ ਇਕ ਦੂਜੇ ਨੂੰ ਜੋੜਨ ਦਾ ਕੰਮ ਕਰਦੀਆਂ ਚਿੱਠੀਆਂ ਦੀ ਥਾਂ ਹੁਣ ਵਟਸਐਪ ਸੁਨੇਹਿਆਂ ਨੇ ਲੈ ਲਈ ਹੈ। ਹਾਲਾਂਕਿ ਆਕਾਸ਼ਵਾਣੀ ਦੇ ਵੱਖ ਵੱਖ ਕੇਂਦਰਾਂ ਵਿਚ ਹਾਲੇ ਵੀ ਸੁਨੇਹਿਆਂ ਦਾ ਜ਼ਰੀਆ ਇਕ ਹਾਥੀ ਬਣੇ ਹੋਏ ਨੇ। ਹੋਰ ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ। ਮੌਜੂਦਾ ਸਮੇਂ ਵਿਚ ਭਾਵੇਂ ਤੇਜ਼ ਤਕਨੀਕੀ ਸੰਚਾਰ, ਪੁਰਾਣੇ ਜ਼ਮਾਨੇ ਦੀਆਂ ਚਿੱਠੀਆਂ ਤੇ ਭਾਰੀ ਨਜ਼ਰ ਆਉਂਦਾ ਏ, ਪਰ ਆਕਾਸ਼ਵਾਣੀ ਵਿਚ ਪ੍ਰੋਗਰਾਮਾਂ ਸਬੰਧੀ ਮਿਲਣ ਵਾਲੇ ਲੋਕਾਂ ਦੇ ਸੁਝਾਅ ਤੇ ਗਾਣਿਆਂ ਦੀ ਫਰਮਾਇਸ਼ ਸਬੰਧੀ ਚਿੱਠੀਆਂ ਨੇ ਖਾਸ ਤੌਰ ਤੇ ਪੋਸਟ ਕਾਰਡ ਦੀ ਹੋਂਦ ਨੂੰ ਹਾਲੇ ਵੀ ਕਾਇਮ ਰੱਖਿਆ ਹੋਇਆ ਏ। ਜੀ ਹਾਂ, ਆਕਾਸ਼ਵਾਣੀ ਜਲੰਧਰ ਵਿਖੇ ਰੋਜ਼ਾਨਾ ਆਉਣ ਵਾਲੇ ਇਹ ਪੋਸਟ ਕਾਰਡ ਬੀਤੇ ਜ਼ਮਾਨੇ ਦੀ ਉਸ ਯਾਦ ਨੂੰ ਨਾ ਸਿਰਫ ਤਾਜ਼ਾ ਹੀ ਕਰਵਾਉਂਦੇ ਨੇ ਬਲਕਿ
ਕਾਇਮ ਵੀ ਰੱਖੇ ਹੋਏ ਨੇ ਜਦੋਂ ਸੰਚਾਰ ਦਾ ਮੁੱਖ ਮਾਧਿਅਮ ਸਿਰਫ ਤੇ ਸਿਰਫ ਇਹ ਪੋਸਟ ਕਾਰਡ ਜਾਂ ਇਨਲੈਂਡ ਲੈਟਰ ਹੀ ਹੁੰਦੇ ਸਨ। ਆਕਾਸ਼ਵਾਣੀ ਜਲੰਧਰ ਨਾਲ ਖਾਤਾ ਰਾਹੀਂ ਲੰਮੇ ਸਮੇਂ ਤੋਂ ਜੁੜੇ ਅਜਿਹੇ ਹੀ ਕੁਝ ਸਰੋਤਿਆਂ ਦਾ ਕਹਿਣਾ ਹੈ। ਮੈਂ ਪ੍ਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ ਤੋਂ। ਮੇਰੀ ਉਮਰ ਤਕਰੀਬਨ ਹੁਣ 63 ਸਾਲ ਹੋ ਗਿਆ। ਸਾਨੂੰ ਖ਼ਬਰ ਬਹੁਤ ਵਧੀਆ ਧੁਰ ਲਾ ਕੇ ਮਿਲਦੀ ਆਈ ਹੈ। ਅਸੀਂ ਚਿੱਠੀਆਂ ਵੀ ਪਾਉਂਦੇ ਰਹੇ ਹਾਂ, ਪਹਿਲਾਂ ਹੁਣ ਵੀ ਪਾਉਣੀ ਆ, ਬਠਿੰਡਾ ਤੇ ਵੀ ਪਾਉਣੇ, ਜਲੰਧਰ ਤੇ ਵੀ ਪਾਉਣੇ ਆ। ਇਹ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਨੇ। ਜਲੰਧਰ ਵਾਲੇ ਬਠਿੰਡਾ ਵੀ ਸੁਣਦੇ ਆ, ਨਾਲ ਪਟਿਆਲਾ ਵੀ ਸੁਣਦੇ ਆ, ਚੰਡੀਗੜ੍ਹ ਵੀ ਸੁਣਦੇ ਆ, ਦਿੱਲੀ ਵੀ ਸੁਣਦੇ ਆ। ਸਾਰੇ ਪ੍ਰੋਗਰਾਮ ਰੇਡੀਓ ਦੇ ਬਹੁਤ ਸਿਰਾ ਚੱਲਦੇ ਨੇ, ਸਾਰੇ ਐਫਐਮ ਦੇ ਤਹਿਤ ਨੂੰ ਧੰਨਵਾਦ ਕਰਦੇ ਆ। ਮੈਂ ਰਾਮ ਸਿੰਘ ਬਰਾੜ, ਅਬਲੂ, ਬਠਿੰਡਾ ਤੋਂ। ਖਤਾਂ ਤੇ ਚਿੱਠੀਆਂ ਦਾ ਰੁਝਾਨ ਭਾਵੇਂ ਹੁਣ ਸਾਡੀ ਜ਼ਿੰਦਗੀ ਵਿੱਚੋਂ ਘੱਟ ਗਿਆ, ਪਰ ਰੇਡੀਓ ਔਰ ਆਕਾਸ਼ਵਾਣੀ ਇੱਕ ਅਜਿਹਾ ਮਾਧਿਅਮ ਹੈ। ਮੈਂ ਪਿਛਲੇ 25 ਸਾਲਾਂ ਤੋਂ ਆਕਾਸ਼ਵਾਣੀ ਨਾਲ ਜੁੜਿਆ ਤੇ ਆਪਣੀਆਂ ਚਿੱਠੀਆਂ ਭੇਜਦਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਖਤ ਤੇ ਚਿੱਠੀਆਂ ਭੇਜਦਾ ਰਹਾਂਗਾ। ਚਿੱਠੀ ਦੇ ਵਿੱਚ ਅਸੀਂ ਆਪਣੇ ਦਿਲ ਦੇ ਵਲਵਲੇ, ਖੁਸ਼ੀਆਂ, ਗਮੀਆਂ ਦੂਰ ਵਸਿੰਦੇ ਆਪਣੇ ਸੱਜਣ ਮਿੱਤਰ ਸੁਨੇਹੀ ਨੂੰ ਭੇਜਦੇ ਹਾਂ। ਸਮਾਂ ਪਰਿਵਰਤਨਸ਼ੀਲ ਹੈ ਅਤੇ ਯਕੀਨਨ ਮੁੜ ਇੱਕ ਵਾਰ ਫੇਰ ਉਹ ਸਮਾਂ ਜ਼ਰੂਰ ਵੇਖਣ ਨੂੰ ਮਿਲੇਗਾ ਜਦੋਂ ਇਹ ਪੋਸਟ ਕਾਰਡ ਤੇ ਇਨਲਾਈਨ ਲੈਟਰ ਹੀ ਸੰਚਾਰ ਦੇ ਮੁੱਖ ਸਾਧਨ ਵਜੋਂ ਸਾਹਮਣੇ ਨਜ਼ਰ ਆਉਣਗੇ। ਸ਼ਿਸ਼ੂ ਸ਼ਰਮਾ ਸ਼ਾਂਤਲ, ਆਕਾਸ਼ਵਾਣੀ ਸਮਾਚਾਰ, ਜਲੰਧਰ। ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਦੇ ਅੰਤਮ ਸਾਲ ਵਿਚ ਪੜ ਰਹੇ ਵਿਦਿਆਰਥੀ ਜੈਮ 2025 ਪ੍ਰੀਖਿਆ ਲਈ ਅਰਜ਼ੀ ਦੇਣ ਦੇ ਯੋਗ ਨੇ। ਵਾਈਐਸਆਰ ਕਾਂਗਰਸ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਬੀਦਾ ਮੁਸਤਾਨ ਰਾਓ ਯਾਦਵ ਅਤੇ ਮੋਪੀ ਦੇਵੀ ਵੈਂਕਟ ਰਮਨ ਰਾਓਵੇ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਮੂਡੀਸ ਰੇਟਿੰਗਸ ਨੇ ਭਾਰਤ ਲਈ ਆਪਣੇ ਅਸਲ ਜੀਡੀਪੀ ਵਿਕਾਸ ਅਨੁਮਾਨਾਂ ਨੂੰ ਵਧਾ ਦਿੱਤਾ ਅਤੇ ਵਿੱਤੀ ਸਾਲ 2024 ਲਈ 6.8 ਫੀਸਦੀ ਦੇ ਪਿਛਲੇ ਅਨੁਮਾਨ ਤੋਂ ਵੱਧ 7.2 ਫੀਸਦੀ ਵਿਕਾਸ ਦੀ ਭਵਿੱਖਬਾਣੀ ਕੀਤੀ ਹੈ। ਅੰਤ ਵਿਚ ਚੋਣਵੀਆਂ ਖਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੰਬਈ ਚ ਗਲੋਬਲ ਫਿਨਟੈਕ ਫੈਸਟ GFF 2024 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਫਿਨਟੈਕ ਵਿਸ਼ਵ ਪੱਧਰ ਤੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਜਾ ਰਹੀ ਹੈ। ਭਾਰਤ ਅਤੇ ਚੀਨ ਨੇ ਸਰਹੱਦੀ ਇਲਾਕਿਆਂ ਚ ਜ਼ਮੀਨ ਤੇ ਅਮਨ ਸ਼ਾਂਤੀ ਬਣਾਈ ਰੱਖਣ ਦਾ ਫੈਸਲਾ ਕੀਤਾ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਨਾਲ ਨਿਰਵਿਘਨ ਗੱਲਬਾਤ ਦਾ ਦੌਰ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਬੁਲੇਟਿਨ ਖਤਮ ਹੁੰਦੈ। ਨਮਸਕਾਰ।